ਤੋ ਇਹ ਗਾਈਸ ਕੀ ਹਾਲ ਚਾਲ ਸਭ ਤੋਂ ਫੁੱਲੀ ਸਾਰੇ ਵਧੀਆ ਹੋਵੋਗੇ। ਆ ਜਾਓ ਜੀ, ਕਿਸੇ ਕਾ ਭਾਈ ਕਿਸੇ ਕਾ ਜਾਨ ਅਫੀਸ਼ੀਅਲ ਟ੍ਰੇਲਰ ਸਲਮਾਨ ਖਾਨ ਵੈਂਕਟੇਸ਼ ਐਂਡ ਪੂਜਾ ਹੈਗੜੇ ਫਰਹਾਦ ਸਮਜੀ ਦੀ ਫਿਲਮ ਹੈ ਜੀ। ਆ ਜਾਓ, ਪ੍ਰੋਡਿਊਸ ਬਾਏ ਸਲਮਾ ਖਾਨ, ਲੈਟਸ ਸੀ ਸਲਮਾਨ ਖਾਨ ਫਿਲਮਸ। ਆ ਜਾਓ ਚੈੱਕ ਕਰੀਏ। ਧਰਮ ਖੇਤਰੇ, ਕੁਰੂਕਸ਼ੇਤਰੇ, ਸੰਵੇਦਤਾ ਯੂਥ ਸਭਾ, ਮਾਮਕਾ ਪਾਂਡਵਸਚੈਵ ਕਿਮ ਕੁਰੂਵ ਸੰਜੈ। ਵੈਸੇ ਆਪਕਾ ਨਾਮ ਕਿਆ ਹੈ? ਮੇਰਾ ਕੋਈ ਨਾਮ ਨਹੀਂ, ਲੇਕਿਨ ਮੈਂ ਭਾਈਜਾਨ ਨਾਮ ਸੇ ਜਾਨਾ ਚਾਹਤਾ ਹੂੰ। ਦੈਟਸ ਟਰੂ। ਭਾਈ ਵਿਚਾਰੀ ਭਾਈ ਵੀ ਨਹੀਂ ਕਹਿ ਸਕਦੀ। ਸ਼ਾਦੀ ਸੇ ਪਹਿਲੇ ਉਹ ਪੁਰਾਣੇ ਉਹਦੇ ਹਨਾ ਤਾਂ ਪਿਆਰ ਹੋ ਗਿਆ। ਮੈਂ ਆਪਕੋ ਭਾਈਜਾਨ ਬੁਲਾ ਤੋ ਆਪਕੋ ਅੱਛਾ ਲਗੇਗਾ। ਅਬ ਨਹੀਂ ਕੋਈ ਜਾਨ ਦੇਤਾ ਹੈ, ਕੋਈ ਜਾਨ ਲੇਤਾ ਹੈ। ਇਹ ਤਾਂ ਉਹ ਨੀ ਹੈਗਾ ਪਲੇਅਰ, ਕੀ ਨਾਮ ਵਰਿੰਦਰ ਸਿੰਘ, ਕੀ ਨਾਮ ਇਹਦਾ ਯਾਰ ਸ਼ਾਇਦ, ਹਨਾ ਇੱਕ ਲੈਟ ਮੀ ਚੈੱਕ, ਕ੍ਰੋਸ ਚੈੱਕ ਕਰ ਲਈਏ ਹਨਾ। ਕਾਸਟ 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 ਹੀ ਲਿਖੀ ਹੋਈ ਯਾਰ ਇਹਨਾਂ ਨੇ। That's not good yaar. Mere bhai jo hai na mere anya, he hates violence. Sasural tumne sawar liya hai. Oye acha Shehnaz jo hai na mere anya, he jisse ke liye aaya na. Sasural tumne sawar liya hai, ab hum sawarenge Maika. She's dearest to me. Iska khyal rakhna. Jaan se bhi zyada. Mujhe ek ek ki cheek sunni hai. Insaniyat ke naate main insaniyat ka saath dunga. Ye raudiya na kaun hai? Ye violence nahi hai bhaiya. This is called self defense. That's true. And naya ne mujhko अपना सरनेम दिया गुंडा मैनिनी, और मैनिनी के पहले आता है गुंडा। गुंडा जब किसी नॉन वायलेंट आदमी के पीछे एक वायलेंट आदमी पड़ जाए, उस नॉन वायलेंट आदमी के सामने एक बहुत ही वायलेंट आदमी का खड़ा होना जरूरी है। बात तो सही है, बात तो ਗੰਦਾ ਗੰਦਾ ਸਿਸਟਮ ਮੈਨ, ਗੰਦੀ ਫਾਈਟ। ਇਨਕੇ ਲਈ ਤੋ ਹਮ ਆਪਣੀ ਜਾਨ ਵੀ ਦੇ ਦੇ। ਕਿਸੇ ਕਾ ਜਾਨ ਪਾਵਰ ਨਹੀਂ, ਵਿਲ ਪਾਵਰ। ਡਿਗਰੀ ਕੈਮਰਾ ਬੇਬੀ। ਇਨਸਾਨੀਅਤ ਮੈਂ ਬੜਾ ਦਮ ਵੰਦੇ ਆਈ ਐਮ ਰੈਡੀ ਬ੍ਰਿੰਗ ਇਟ ਔਨ ਬ੍ਰਿੰਗ ਇਟ ਔਨ। ਗੰਦਾ ਸਿਸਟਮ ਘੈਂਟ ਹੈ ਯਾਰ, ਚੀਜ਼ ਤਾਂ ਘੈਂਟ ਹੈ। ਸਲਮਾਨ ਖਾਨ ਫਿਲਮਸ ਐਂਡ ਪ੍ਰੈਜੈਂਟਸ ਐਂਡ ਪ੍ਰੋਡਕਸ਼ਨ, ਆਪ ਹੀ ਲਾਇਆ ਪੈਸੇ, ਹੋਰ ਤਾਂ ਕੀ ਹੈ ਹਿਸਾਬ ਤਾਂ, ਹੈ ਨਾ। ਆ ਗਿਆ ਜੀ, ਬਾਕੀ ਬੁੱਕ ਮੈਂ ਸ਼ੋਅ 'ਤੇ 400, ਠੀਕ ਹੈ। ਈਦ 'ਤੇ ਆ ਜਾਣੀ 21 ਅਪ੍ਰੈਲ ਨੂੰ, ਬਸ ਆ ਗਈ, 11 ਦਿਨ ਰਹਿ ਗਏ। ਅਤੇ ਹਜੇ ਸਿਰਫ ਇੰਨਾ ਸਮਝ ਆਇਆ ਕਿ ਹਾਂ ਉਹਦੇ ਭਰਾ ਦਾ ਦਿੱਕਤ ਹੁੰਦੀ ਹੈ, ਅਤੇ ਥੋੜ੍ਹੀ ਬਹੁਤੀ ਸਲਮਾਨ ਭਾਅ ਜੀ ਯਾਨੀ ਕਿ ਭਾਈਜਾਨ
ਥੋੜ੍ਹਾ ਬਹੁਤ ਆਲਰੇਡੀ ਰਾਊਡੀ ਦਮ ਰੱਖਦੇ ਹੁੰਦੇ ਨੇ, ਆਲਰੇਡੀ ਫਾਈਟ ਫੂਟ ਕਰਦੇ ਨੇ, ਹੱਕ ਲਈ ਕਰਦੇ ਨੇ, ਠੀਕ ਹੈ। ਬਟ ਮੈਨੂੰ ਇੱਦਾਂ ਲੱਗ ਰਿਹਾ ਸ਼ਾਇਦ ਜਿਹੜਾ ਕੁੜੀ ਦਾ ਭਰਾ ਆ ਉਹ ਵੀ ਕਿਤੇ ਨਾ ਕਿਤੇ ਥੋੜ੍ਹਾ ਬਹੁਤ ਵਾਇਲੈਂਟ ਹੈ, ਬਸ ਟ੍ਰੇਲਰ 'ਚ ਨਹੀਂ ਦਿਖਾਇਆ, ਕਿਉਂਕਿ ਸਭ ਕੁਝ ਟ੍ਰੇਲਰ ਦਿਖਾਤਾ ਤਾਂ ਫਿਲਮ 'ਚ ਕੀ ਕ੍ਰਿਸਪ ਆਏਗਾ, ਹੈ ਨਾ। ਸੋ ਦੇਖਣ 'ਚ ਮਜ਼ਾ ਆਏਗਾ, ਬਾਕੀ ਅੱਗੇ ਦੇਖਦੇ ਹਾਂ ਕੀ ਹਿਸਾਬ ਕਿਤਾਬ ਹੈ। ਨਾਈਸ ਸੀਗੀ, ਅਪੀਲਿੰਗ ਲੱਗੀ, ਕੁਛ ਡਿਫਰੈਂਟ ਲੱਗਿਆ, ਦੋ ਤਿੰਨ ਕਲਚਰ ਜੋੜਨ ਦੀ ਕੋਸ਼ਿਸ਼ ਕੀਤੀ ਗਈ ਹੈ, ਠੀਕ ਹੈ। ਇਹ ਬੜਾ ਵਧੀਆ ਲੱਗਦਾ, ਇਹ ਸਾਊਥ ਨੂੰ ਬਹੁਤ ਵਧੀਆ ਤਰੀਕੇ ਨਾਲ ਉਹ ਬੋਲੀਵੁੱਡ ਵਿੱਚ ਹੁਣ ਲਿਆਇਆ ਜਾ ਰਿਹਾ। ਬਹੁਤ ਖੁਸ਼ੀ ਹੁੰਦੀ ਹੈ ਦੇਖ ਕੇ ਦੋ ਚੀਜ਼ਾਂ, ਦੋ ਕਲਚਰਸ, ਦੋ ਸਿਨੇਮਾਸ ਇਕੱਠੇ ਹੋ ਰਹੇ ਨੇ। ਈਵ ਚਾਹੇ ਰਜਨੀਕਾਂਤ ਸਰ ਵਰਗੇ ਐਕਟਰਸ ਬਹੁਤ ਟਾਈਮ ਪਹਿਲਾਂ ਵੀ ਬੋਲੀਵੁੱਡ 'ਚ ਕੰਮ ਕਰ ਚੁੱਕੇ ਨੇ 1980s 90s ਦੇ ਟਾਈਮ 'ਤੇ, ਬਟ ਹੁਣ ਵੱਡੇ ਪੱਧਰ 'ਤੇ ਕੰਮ ਸ਼ੁਰੂ ਹੋ ਗਿਆ, ਹੁਣ ਕਲਚਰਸ ਵੀ ਉਹਨਾਂ ਦੇ ਅਡੈਪਟ ਕੀਤੇ ਜਾਂਦੇ ਨੇ, ਹੈ ਨਾ। ਸੋ ਕੈਨੇਡਾ ਬਾਕੀ ਦੇਖਦੇ ਹਾਂ ਕਿ ਕੀ ਬਣਦਾ ਫਿਲਮ, ਤੁਸੀਂ ਦੱਸਿਓ ਕਿ ਤੁਹਾਨੂੰ ਲੱਗਦਾ ਫਿਲਮ ਵਰਕ ਕਰੇਗੀ। ਮੇਰੇ ਹਿਸਾਬ ਨਾਲ 100-150 ਕਰੋੜ ਤਾਂ ਕਮਾਈ ਜਾਏਗੀ, ਨਾ ਨਾ ਕਰਦੀ, ਹੈ ਨਾ। ਸਤਿ ਸ਼੍ਰੀ ਅਕਾਲ।